दिनों दिन इंसानियत खत्म होंदी जा रही है ते इंसानियत नूं शर्म शरण करन वाले कुछ अजिहे मामले सामने आ रहे ने जिन्हां करके लोकां दा रिश्तियां तों विश्वास टुटदा जा रहा। पर इन्हां रिश्तियां नूं अगर किसी चीज़ ने खत्म किया है तो वह है पैसा। पैसे ने इंसानियत नूं खत्म कर इंसान नूं दरिंदा बना दिता जिस कारण वह दरिंदगी की हर हद पार कर रहा। कुछ इसे तरह का मामला सामने आया जिला तरन तारण के पट्टी विधानसभा हलका सराहाली अधीन पैंदे पिंड ढोईया तो जिथे महज जमीनी विवाद के चलद तीन लोगों के कतल किए जाने का मामला सामने आया। पुलिस इस अन्ने वाह कतल मन के जांच कर रही है। उत्थे ही परिवारिक मैंबर ने दसिया कि इस परिवार का अपने सहुरे परिवार नाल जमीन का झगड़ा चल रहा। यह जमीन पिंड तूड़ विच है जो 2.5-3 एकड़ है। इस परिवार वालों इस जमीन का केस जित लिया गया है ते इन्होंने जमीन का कब्जा लेना सी पर बीती रात इन्हों का कतल हो गया। इस बारे परिवार के मैंबर हरदेव सिंह ने दसिया कि दलवीर सिंह ते उसकी पत्नी दलवीर कौर अपने बच्चों समेत अपने घर में सुते पे सन जदों उन्होंने हमला होया। उन्होंने कहा कि जमीनी झगड़े कारण ही कतल किए गए ने, बाकी पुलिस की जांच तो बाद पता लगेगा। मेरा नाम हरदेव सिंह है ਇਹ ਜੀ ਮੇਰੇ ਤਾਏ ਦਾ ਲੜਕਾ ਜੀ ਦਲਬੀਰ ਸਿੰਘ ਅਤੇ ਇਹ ਆਪਣੇ ਇੱਥੇ ਘਰ ਰਾਤ ਇਹਨਾਂ ਨੂੰ ਕਿਸੇ ਨੇ ਮਤਲਬ ਕਿ ਵੜਤਾ ਜੀ। ਇਹ ਕਾਰਨ ਇਹਨਾਂ ਦਾ ਕੋਈ ਪੈਲੀ ਪੁਲੀ ਦਾ ਜੀ ਉਸੇ ਚੱਕਰ 'ਚ ਸਾਨੂੰ ਤਾਂ ਲੱਗਦਾ ਇਹਨਾਂ ਦਾ ਕੇਸ ਚੱਲਦਾ ਪੈਲੀ ਦਾ ਜੀ। ਇਹ ਤਿੰਨ ਵੱਡੇ ਦੇ 4 ਜਣੇ ਜੀ, ਇੱਕ ਗੁੱਡੀ ਜਸ਼ਨਦੀਪ ਜਿਹੜੀ ਉਹ ਬਚ ਗਈ ਹੈ ਜੀ, ਅਤੇ ਮੇਰਾ ਭਰਾ ਦਲਬੀਰ ਸਿੰਘ ਚਾਚੇ ਤਾਏ ਦਾ ਲੜਕਾ ਜੀ, ਅਤੇ ਉਹਦੀ ਘਰ ਵਾਲੀ ਜਿਹੜੀ ਦਲਬੀਰ ਕੌਰ, ਅਤੇ ਇੱਕ ਆਪਣੀ ਭਤੀਜੀ ਹੈ ਜੀ, ਉਹ ਕਤਲ ਹੋਇਆ ਜੀ। ਤਿੰਨ ਜਣਿਆਂ ਦਾ ਕਤਲ ਹੋਇਆ। ਇਹ ਤਾਂ ਵੇਖੋ ਜੀ, ਜਦੋਂ ਪੁਲਿਸ ਆਪਣੀ ਤਹਿਕੀਕਾਤ ਕਰੇ, ਝਗੜਾ ਇਹਨਾਂ ਦਾ ਪੈਲੀ ਦਾ ਚੱਲਦਾ ਜੀ। ਇਹਨਾਂ ਦਾ ਝਗੜਾ ਜੀ 2-2.5 ਕਿੱਲਿਆਂ ਦਾ, ਮੇਰੇ ਖਿਆਲ ਕਾਫੀ ਪੁਰਾਣਾ ਜੀ ਇਹਨਾਂ ਦਾ ਝਗੜਾ। ਇਹਨਾਂ ਦੀ ਮੰਗ ਸਾਡੀ ਇਹੋ ਹੀ ਆ ਵੀ ਜਿਹੜਾ ਵੀ ਦੋਸ਼ੀ ਉਹਨੂੰ ਤੁਰੰਤ ਫੜਿਆ ਜਾਵੇ ਅਤੇ ਇਹਨਾਂ ਨੂੰ ਇਨਸਾਫ ਸਾਨੂੰ ਦਵਾਇਆ ਜਾਵੇ ਜੀ। ਪਿੰਡ ਦੇ ਆਗੂ ਰਣਜੀਤ ਰਾਣਾ ਨੇ ਵੀ ਦੱਸਿਆ ਕਿ ਇਹ ਕਤਲ ਜ਼ਮੀਨ ਵਿਵਾਦ ਕਾਰਨ ਹੋਏ ਨੇ ਜੋ ਕਿ ਪਿੰਡ ਤੂੜ ਵਿੱਚ ਹੈ। ਉਹਨਾਂ ਨੇ ਕਿਹਾ ਕਿ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਅਤੇ ਇਹਨਾਂ ਦਾ ਪਿੰਡ ਵਿੱਚ ਕਿਸੇ ਨਾਲ ਵੀ ਕੋਈ ਵੈਰ ਵਿਰੋਧ ਨਹੀਂ। ਇਹ ਜੀ 3 ਬੰਦਿਆਂ ਦਾ ਮਰਡਰ ਹੋਇਆ ਜੀ, ਅਤੇ ਇੱਕ ਬੇਟੀ ਹੈ ਛੋਟੀ ਜੀ ਜਸ਼ਨ, ਉਹ ਜ਼ਖਮੀ ਹੋਈ ਆ ਜੀ। ਉਹਨਾਂ ਨੂੰ ਉੱਥੇ ਸਿਟੀ ਹੋਸਪਿਟਲ ਤਰਨ ਤਾਰਨ ਐਡਮਿਟ ਕਰਾਇਆ ਜੀ। ਇਹ ਦਲਬੀਰ ਸਿੰਘ ਐਲੀਅਸ ਭੋਲਾ, ਪੁੱਤਰ ਬਚਿੰਦ ਸਿੰਘ, ਬਹੁਤ ਸ਼ਰੀਫ ਪਰਿਵਾਰ ਆ ਜੀ। ਆਪਣੀ ਡਿਊਟੀ ਕਰਦਾ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੇਵਾਦਾਰ ਆ ਜੀ। ਸਵੇਰੇ ਜਾਂਦਾ, ਸ਼ਾਮਾਂ ਨੂੰ ਆਪਦੀ ਡਿਊਟੀ 'ਤੇ ਆਉਂਦਾ। ਛੋਟਾ ਜਿਹਾ ਪਰਿਵਾਰ ਆ, ਸ਼ਰੀਫ ਪਰਿਵਾਰ ਆ ਜੀ। ਪਿੰਡ ਦੇ ਵਿੱਚ ਇਹਨਾਂ ਦਾ ਕਿਸੇ ਦੇ ਨਾਲ ਕੋਈ ਰੰਜਿਸ਼ ਬਾਈ ਨਹੀਂ ਹੈਗੀ। ਕੇਵਲ ਤਾਂ ਇਹਨਾਂ ਦਾ ਪਰਿਵਾਰ ਮੈਂਬਰ ਦੱਸਦੇ ਨੇ ਕਿ ਇਹਨਾਂ ਦਾ ਜ਼ਮੀਨ ਦਾ ਝਗੜਾ ਇਹਨਾਂ ਦੇ ਸਹੁਰਿਆਂ ਦੇ ਨਾਲ, ਸਾਲੇ ਦੇ ਨਾਲ ਚੱਲਦਾ ਸੀਗਾ। ਇਹ 2.5-3 ਕਿੱਲੇ ਦੱਸਦੇ ਆ ਜੀ। ਇਹ ਤੁੜ ਪਿੰਡ ਦੇ ਵਿੱਚ ਆ ਜੀ। ਉਹਨਾਂ ਦਾ ਇਹਨਾਂ ਦੇ ਹੱਕ 'ਚ ਕੇਸ ਹੋਇਆ ਆ ਅਤੇ ਅੱਜ ਭਲਕੇ ਇਹਨਾਂ ਨੇ ਦਖਲ ਜਾਰੀ ਕਰਾਉਣਾ ਸੀਗਾ, ਉਹਦਾ ਕਬਜ਼ਾ ਲੈਣਾ ਸੀ ਜ਼ਮੀਨ ਦਾ ਜੀ। ਅਤੇ ਸ਼ੱਕ ਇਹੋ ਕਰਦੇ ਆ ਵੀ ਕਿਤੇ ਮਤਲਬ ਉਹ ਪੈਲੀ ਦੀ ਜਗ੍ਹਾ ਵਜ੍ਹਾ ਦੇ ਕਾਰਨ ਇਹਨਾਂ ਦਾ ਮਰਡਰ ਕੀਤਾ ਗਿਆ ਜੀ। 2.5-3 ਕਿੱਲੇ ਆ ਜੀ। ਹਾਂਜੀ, ਅਸੀਂ ਤਾਂ ਕਹਿੰਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਜ਼ਾ ਮਿਲਣੀ ਚਾਹੀਦੀ ਆ, ਕਿਉਂ ਇਸ ਮਰਡਰ ਦੇ ਨਾਲ ਸਾਡੇ ਪਿੰਡ ਦੇ ਵਿੱਚ ਇਲਾਕੇ 'ਚ ਬਹੁਤ ਦਹਿਸ਼ਤ ਪਾਈ ਜਾ ਰਹੀ ਆ, ਤਾਂ ਕਿ ਕਿਸੇ ਸ਼ਰੀਫ ਪਰਿਵਾਰ ਨਾਲ ਅੱਗੇ ਤੋਂ ਇੱਦਾਂ ਦੇ ਕੋਈ ਕਰਕ ਨਾ ਹੋਵੇ ਜੀ। ਸਜ਼ਾ ਮਿਲਣੀ ਚਾਹੀਦੀ ਹੈ ਦੋਸ਼ੀ। SP ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਆ। ਉਹਨਾਂ ਨੇ ਕਿਹਾ ਕਿ ਜ਼ਖਮੀ ਲੜਕੀ ਜੋ ਇਲਾਜ ਅਧੀਨ ਹੈ ਉਸ ਕੋਲੋਂ ਵੀ ਜਾਣਕਾਰੀ ਲਈ ਜਾਵੇਗੀ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਕਿਸ ਦਾ ਹੱਥ ਆ। ਇਹ ਟੋਟੀਆਂ ਪਿੰਡ 'ਚ ਦਲਵੀਰ ਸਿੰਘ ਨਾਂ ਦਾ ਆਦਮੀ ਆ, ਇਹਦਾ ਘਰ ਆ, ਇਹਦੀ 50 ਸਾਲ ਏਜ ਹੈਗੀ ਆ, ਇੱਕ ਇਹਦੀ ਵਾਈਫ ਆ, ਦੋ ਇਹਦੀਆਂ ਬੇਟੀਆਂ, 4 ਜਣੇ ਇੱਥੇ ਰਹਿੰਦੇ ਆ, ਕਿਸਾਨ ਆ, ਸਿੰਪਲ ਜਿਹਾ ਪਰਿਵਾਰ ਆ। ਇਹ ਰਾਤ ਜਿਹੜਾ ਦਰਮਿਆਨੀ ਰਾਤ ਜਿਹੜੀ ਪਿੱਛੇ ਲੰਘ ਕੇ ਗਈ ਆ, ਰਾਤ 'ਤੇ ਕੋਈ ਸ਼ਾਰਪ ਵੈਪਨਾਂ ਨਾਲ ਮਰਡਰ ਹੋਏ ਆ ਜਿਹੜਾ ਕੋਈ, ਅਤੇ ਮੌਕੇ 'ਤੇ ਆਏ ਹਾਂ, ਵੈਰੀਫਾਈ ਕਰ ਰਹੇ ਹਾਂ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਸਾਰੇ ਪੱਖਾਂ ਤੋਂ ਇਨਵੈਸਟੀਗੇਸ਼ਨ ਕਰਾਂਗੇ ਸਾਰੇ ਕਿ ਕੋਈ ਬਲਾਈਂਡ ਮਰਡਰ ਆ, ਜੋ ਅਸੀਂ ਚੈੱਕ ਕੀਤਾ ਕੋਈ ਲੁੱਟ ਖੋਹ ਵਾਲੀ ਕੋਈ ਗੱਲ ਅਜੇ ਸਾਹਮਣੇ ਨਹੀਂ ਆਈ, ਫਿਰ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਹਾਂ, ਡੈੱਡ ਬੋਡੀਆਂ ਜਿਹੜੀਆਂ ਨੇ ਇਹਨਾਂ ਨੂੰ ਕਾਫੀ ਸ਼ਾਰਪ ਵੈਪਨ ਨਾਲ ਜਿਹੜਾ ਵਾ ਇੰਜਰਡ ਨੇ, ਕਾਫੀ ਵੱਡਿਆ। ਤਿੰਨਾਂ ਦੀ ਹੋਈ ਡੈਥ, ਇੱਕ ਲੜਕੀ ਜਿਹੜੀ ਹੈ ਇੰਜਰਡ ਆ, ਉਹ ਹੋਸਪਿਟਲ ਆ। ਇਹ ਦਲਵੀਰ ਸਿੰਘ ਆ, ਇੱਕ ਇਹਦੀ ਵਾਈਫ ਦਾ ਨਾਮ ਦਲਵੀਰ ਸਿੰਘ ਹੈ, ਇੱਕ ਲੜਕੀ ਆ ਪਿੰਕੀ, ਅਤੇ ਇੱਕ ਇੰਜਰਡ ਆ ਲੜਕੀ ਮਨਜਿੰਦਰ ਕੌਰ। ਹਾਂ, ਕੇਸ ਰਜਿਸਟਰ ਕਰ ਰਹੇ ਹਾਂ, ਇਨਵੈਸਟੀਗੇਸ਼ਨ ਕਰ ਰਹੇ ਹਾਂ, ਅੰਡਰ ਸੈਕਸ਼ਨ 3-2 ਹੀ ਹੋਏਗੀ ਫਿਲਹਾਲ, ਬਾਕੀ ਤਫਤੀਸ਼ ਕਰਨੀ ਜਿਹੜੀ ਗੱਲ ਟਰੇਸ ਕਰਦੇ ਹਾਂ ਵੀ। ਚੱਕਦੇ TV ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈੱਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।